Thank you.
सारे में डाल के मन व्यक्ति को एकाग्र करना है, रसना में उत्तर करना है। सब ने गाड़ के क्या है धर्म साधु नाम देव सचे पाठ से गुरु नानक देव जी से एक बार देर से पा करके सारे उन्हें सतनाम याद करना है जिन्हों का प्रकाश पुरब 203वां से सारा साल मनाना है। आओ उन्हें मन हृदय में वसाइए ਜਨਾਂ ਦੇ ਨਤਮਸਤਕ ਹੋਈਏ ਸਭ ਕਰ ਕੇ ਆਖੀਏ ਧੰਨ ਸਤਿਗੁਰੂ ਰਾਮ ਸਤਿਗੁਰੂ ਰਾਮ ਤੇ ਹੁਣ ਉਹਨਾਂ ਸਤਨਾਮ ਯਾਦ ਕਰਨਾ ਹੈ ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸਿੱਖੀ ਨੂੰ ਸੰਭਾਲਿਆ ਮੇਰਾ ਸੰਭਾਲਿਆ ਜੀ ਉਹਨੂੰ ਇੰਨਾ ਪ੍ਰਫੁੱਲਤ ਕੀਤਾ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਬਾਗ ਖੇਡ ਹੋਏ ਨਜ਼ਰ ਆਉਂਦੇ ਨੇ। ਆਓ ਉਹਨਾਂ ਨੂੰ ਵੀ ਮਨ ਹਿਰਦੇ ਵਿੱਚ ਵਸਾਈਏ ਚਰਨਾਂ ਦੇ ਨਤਮਸਤਕ ਹੋਈਏ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੇ ਜਿਹਨਾਂ ਦਾ ਲਾਹਾ ਗੱਤੀ ਰਾਜ ਜੋ ਬੈਠਿਆ ਅਸੀਂ 54 ਸਾਲ ਖੱਟਿਆ ਜਿਨ੍ਹਾਂ ਕੋਲੋਂ ਅਨੇਕਾਂ ਸੁੱਖ ਪੱਖ ਨੂੰ ਮਿਲੇ ਨੇ ਨਾਮਧਾਰੀ ਦਰਬਾਰ ਨੂੰ ਮਿਲੇ ਨੇ ਕੁੱਲ ਸ੍ਰਿਸ਼ਟੀ ਤੇ ਕਿਰਪਾ ਕਰਕੇ ਗਏ ਨੇ ਰੱਜ ਕੇ ਅਸਾਂ ਸਾਰਿਆਂ ਨੇ ਦਰਸ਼ਨ ਕੀਤਾ। ਆਓ ਇੱਕ ਵਾਰੀ ਉਹਨਾਂ ਨੂੰ ਮਨ ਹਿਰਦੇ ਵਿੱਚ ਵਸਾਈਏ ਚਰਨਾਂ ਤੇ ਨਤਮਸਤਕ ਹੋਈਏ ਸਭ ਗੱਜ ਕੇ ਅਸੀਂ ਧੰਨ ਸਤਿਗੁਰੂ ਜਗਦੀਸ਼ ਸਿੰਘ ਆਪਣੇ ਕੀਤੇ ਹੋਏ ਕਾਰਜਾਂ ਨੂੰ ਹੁਣ ਅਸਾਂ ਸਫਲ ਕਰਨਾ ਹੈ। ਇਹ ਕਿਸ ਤਰ੍ਹਾਂ ਸਫਲ ਹੋਣੇ ਨੇ ਜਿੰਨੀ ਦੇਰ ਸਮੇਂ ਦੇ ਮਾਲਕ ਦੀ ਮੋਹਰ ਨਹੀਂ ਨਾ ਲੱਗਦੀ ਮਨੁੱਖ ਦੇ ਕੀਤੇ ਹੋਏ ਕਾਰਜ ਸਫਲ ਨਹੀਂ ਹੋ ਸਕਦੇ। ਜੇ ਕਾਰਜ ਸਫਲ ਨਹੀਂ ਹੋਏ ਤਾਂ ਫਿਰ ਜੀਵਨ ਦੀ ਸਫਲਤਾ ਨਹੀਂ ਦੇਖਿਆ ਹੋਊਗਾ। ਆਓ ਆਪਣਾ ਕਾਰਜ ਵੀ ਸਫਲ ਕਰੀਏ ਤੇ ਮਨੁੱਖਾ ਜੀਵਨ ਨੂੰ ਵੀ ਸਫਲ ਕਰੀਏ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿੰਦਰ ਬਿਹਾਰ ਦੀ ਸਾਧ ਸੰਗਤ ਦਾ ਬਹੁਤ ਵੱਡਾ ਉਪਰਾਲਾ ਜਿਹੜਾ ਹਫ਼ਤਾ ਵਾਰੀ ਇੱਥੇ ਸਮਾਗਮ ਹੁੰਦਾ ਹੈ ਭਜਨ ਪੱਧਰੀ ਹੋ ਰਹੀ ਹੈ ਨਾਮ ਸਿਮਰਨ ਹੋ ਰਿਹਾ ਹੈ ਕੀਰਤਨ ਹੋ ਰਿਹਾ ਹੈ ਸਤਿਗੁਰ ਦਾ ਹਰ ਜਸ ਗਾਇਆ ਜਾ ਰਿਹਾ ਸੁਣਿਆ ਜਾ ਰਿਹਾ ਹੈ ਸਭ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਸਤਿਗੁਰ ਜਦੋਂ ਵੀ ਆਉਂਦਾ ਹੈ ਸੰਸਾਰ ਦੇ ਵਿੱਚ ਮਨੁੱਖ ਦਾ ਭਲਾ ਕਰਨ ਆਉਂਦਾ ਹੈ ਗਊ ਦੇ ਗਰੀਬ ਦਾ ਕਸ਼ਟ ਦੂਰ ਕਰਨ ਆਉਂਦਾ ਹੈ। ਇਹ ਅੱਜ ਤੋਂ ਵੀ ਯੁੱਗਾਂ ਤੋਂ ਇਤਿਹਾਸ ਵਿੱਚ ਅਗਰ ਨਜ਼ਰ ਮਾਰੀਏ ਵੇਦਾਂ ਤੇ ਪੁਰਾਣਾਂ ਨੇ ਇਸ ਚੀਜ਼ ਦਾ ਬੜਾ ਗਿਆਨ ਦਿੱਤਾ ਹੈ। ਸਤਿਗੁਰ ਨੇ ਆਣ ਕੇ ਹਮੇਸ਼ਾ ਮਾਤ ਲੋਕ ਦੇ ਦੁਖੀਆਂ ਦੇ ਦੁੱਖ ਦੂਰ ਕੀਤੇ ਨੇ ਨੀਵੀਆਂ ਜਾਤਾਂ ਨੂੰ ਆਣ ਕੇ ਚੁੱਕਿਆ ਹੈ। ਇਸੇ ਬਾਬਤ ਅੱਜ ਜਿਨ੍ਹਾਂ ਦੀ ਬਾਬਤ ਅਸੀਂ ਇਕੱਠੇ ਹੋਏ ਹਾਂ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਇਹ ਪੰਜ ਭਾਦਰੋਂ ਦਾ ਮੇਲਾ ਸੰਸਾਰ ਦੇ ਹਰ ਕੋਨੇ ਤੇ ਮਨਾਇਆ ਜਾ ਰਿਹਾ ਚਾਹੇ ਦੇਸ਼ਾਂ 'ਚ ਹੋਵੇ ਤੇ ਚਾਹੇ ਵਿਦੇਸ਼ਾਂ 'ਚ ਹੋਵੇ ਜਿੱਥੇ ਵੀ ਨਾਮਧਾਰੀ ਸੰਗਤ ਅੱਜ ਨਿਵਾਸ ਕਰ ਰਹੀ ਹੈ ਉੱਥੇ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀਆਂ ਯਾਦਾਂ ਨੂੰ ਅੱਜ ਗਾਇਆ ਜਾ ਰਿਹਾ ਹੈ। ਉਹਨਾਂ ਦੇ ਗੁਣ ਗਾਉਣੇ ਨੇ ਯਾਦਾਂ ਨੂੰ ਤਾਜ਼ਾ ਕਰਨਾ ਹੈ
ਜੋ ਕਿ ਸਾਡੇ ਤੇ ਬੜੇ ਉਪਕਾਰ ਕਰਕੇ ਗਏ ਨੇ। ਮੈਂ ਅੱਗੇ ਵੀ ਅਰਜ਼ੀ ਕੀਤੀ ਹੈ ਵੀ ਸਤਿਗੁਰ ਜਦੋਂ ਵੀ ਆਉਂਦਾ ਹੈ ਨੀਵੀਆਂ ਜਾਤਾਂ ਨੂੰ ਚੁੱਕ ਕੇ ਤੇ ਉਸ ਸਮਾਜ ਦੇ ਉੱਤੇ ਬੜਾ ਉਪਕਾਰ ਕਰਦਾ ਹੈ। ਮੇਰਾ ਮਨੁੱਖ ਤੇ ਇੰਨੀ ਉਪਕਾਰ ਕੀਤਾ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ, ਪਸ਼ੂਆਂ ਦੇ ਵੀ ਬੜਾ ਉਪਕਾਰ ਕੀਤਾ। ਮੈਂ ਦੇਖਿਆ ਨਜ਼ਰ ਮਾਰੀ ਇਤਿਹਾਸ ਦੇ ਵਿੱਚ ਪਸ਼ੂ ਪਾਲਣ ਜਿਹੜਾ ਸਤਿਗੁਰਾਂ ਦਾ ਬੜਾ ਸ਼ੌਂਕ ਰਿਹਾ, ਗਾਂ ਗਊ ਰੱਖਿਆ ਕਰਨੀ ਤੇ ਉਹਨਾਂ ਦਾ ਪਾਲਣ ਕਰਨਾ, ਜਿੱਥੇ ਵੀ ਗਊ ਰੱਖਿਆ ਦਾ ਕੋਈ ਸਮਾਗਮ ਹੁੰਦਾ ਸੀ ਜਾਂ ਜਿਹੜੀ ਵੀ ਕੋਈ ਸੰਸਥਾ ਇਸ ਰਸਤੇ ਤੇ ਚੱਲਦੀ ਸੀ, ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਹਦਾ ਬੜਾ ਸਹਿਯੋਗ ਕਰਦੇ ਹੁੰਦੇ ਸਨ, ਬੜੀ ਸਹਾਇਤਾ ਕਰਦੇ ਹੁੰਦੇ ਸਨ ਤਾਂ ਕਿ ਇਸ ਮਾਤ ਲੋਕ ਤੋਂ ਗਊ ਰੱਖਿਆ ਹੋ ਸਕੇ। ਗਊ ਸੇਵਕ ਸਮਾਜ ਦੇ ਪ੍ਰਮੁੱਖ ਸਨ ਲਾਲਾ ਹਰਦੇਵ ਸਹਾਏ। ਉਹ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਪੈਂਦੀ ਸੀ ਇਹਨਾਂ ਕਾਰਜਾਂ ਵਾਸਤੇ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਆਣ ਕੇ ਜੁੜਿਆ ਕਰਦੇ ਸਨ। ਸਤਿਗੁਰਾਂ ਦਾ ਉਹਨਾਂ ਦੇ ਨਾਲ ਬੜਾ ਪ੍ਰੇਮ ਸੀ, ਕਿਉਂਕਿ ਸਤਿਗੁਰ ਜਿੱਥੇ ਵੀ ਗਊ ਰੱਖਿਆ ਦਾ ਕੋਈ ਪ੍ਰਯੋਜਨ ਕੀਤਾ ਜਾਂਦਾ ਸੀ ਉੱਥੇ ਹਰ ਹਾਲਤ 'ਚ ਜਾ ਕੇ ਜੁੜਦੇ ਸਨ, ਚਾਹੇ ਉਹ ਵਿਰੋਧੀਆਂ ਦੀ ਪਾਰਟੀ ਵੀ ਕਿਉਂ ਨਾ ਹੋਵੇ। ਲਾਲਾ ਹਰਦੇਵ ਸਹਾਇ ਜਿਹੜੇ ਨੇ ਇਹ ਜਦੋਂ ਜਦੋਂ ਵੀ ਇਹਨਾਂ ਨੂੰ ਜ਼ਰੂਰਤ ਪੈਣੀ ਸਤਿਗੁਰਾਂ ਕੋਲ ਆ ਕੇ ਇਹਨਾਂ ਦੀ ਸਹਾਇਤਾ ਲੈਣੀ ਜਿੱਥੇ ਵੀ ਕੋਈ ਇਹਦਾ ਕੁਛ ਮਾਲਕ ਹੋਣਾ। ਇੱਕ ਵਾਰੀ ਲੁਧਿਆਣੇ ਦੇ ਵਿੱਚ ਇਸੇ ਤਰ੍ਹਾਂ ਇੱਕ ਜਨਸੰਘ ਵੱਲੋਂ ਸਮਾਗਮ ਚੱਲ ਰਿਹਾ ਸੀ ਗਊ ਰੱਖਿਆ ਵਾਸਤੇ, ਸਤਿਗੁਰ ਸੱਚੇ ਪਾਤਸ਼ਾਹ ਉੱਥੇ ਦਰਸ਼ਨ ਦੇ ਰਹੇ ਸਨ ਤੇ ਵਿੱਚੋਂ ਕਿਸੇ ਨੇ ਉੱਠ ਕੇ ਆਖਿਆ ਸੱਚੇ ਪਾਤਸ਼ਾਹ ਇਹ ਜਿਹੜਾ ਸਵਾਗਤ ਤੁਸੀਂ ਜਿੱਥੇ ਬੈਠੇ ਹੋ ਦਰਸ਼ਨ ਦੇਣ ਦੇ ਹੋ ਇਹ ਤੇ ਜਨਸੰਘ ਕਰਵਾ ਰਹੀ ਹੈ, ਕਿਤੇ ਪੰਡਿਤ ਨਹਿਰੂ ਤੁਹਾਡੇ ਨਾਲ ਨਾਰਾਜ਼ ਨਾ ਹੋ ਜਾਣ। ਸਤਿਗੁਰਾਂ ਉੱਥੇ ਦੇ ਦੜਕ ਕਰ ਗਿਆ ਭਾਈ ਜਿੱਥੇ ਵੀ ਗਊ ਰੱਖਿਆ ਦਾ ਕੋਈ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਚਾਹੇ ਉਹ ਵਿਰੋਧੀ ਪਾਰਟੀ ਵੀ ਕਿਉਂ ਨਾ ਹੋਵੇ, ਮੈਂ ਉੱਥੇ ਹਰ ਹਾਲਤ 'ਚ ਜਾਵਾਂਗਾ, ਹਰ ਹਾਲਤ 'ਚ ਸਹਿਯੋਗ ਕੀਤਾ ਜਾਵੇਗਾ, ਮੈਨੂੰ ਉਹਨਾਂ ਦੀ ਨਾਰਾਜ਼ਗੀ ਦੀ ਕੋਈ ਪਰਵਾਹ ਨਹੀਂ। ਇਸ ਤਰ੍ਹਾਂ ਬੇਧੜਕ ਹਰ ਜਗ੍ਹਾ ਉਹ ਬਜਟ ਕਰਿਆ ਕਰਦੇ ਸਨ। ਪੰਜਾਬ ਦੇ ਹਰਿਆਣੇ ਦੇ ਸ਼ਹਿਰਾਂ ਵਿੱਚੋਂ ਬਟਾਲਾ ਲੁਧਿਆਣਾ ਰੋਹਤਕ ਕਈ ਸਾਲਾਂ ਤੋਂ ਇੱਥੋਂ ਜਿਹੜੀਆਂ ਗਊਆਂ ਚੰਗੀ ਚੰਗੀ ਨਸਲਾਂ ਦੀਆਂ ਸੁੱਕ ਜਾਂਦੀਆਂ ਸਨ, ਉਹ ਬਾਹਰ ਦੇ ਵਪਾਰੀ ਆ ਕੇ ਉਹਨਾਂ ਨੂੰ ਲੈ ਕੇ ਜਾਂਦੇ ਸਨ ਤਾਂ ਕਿ ਉਹਨਾਂ ਨੂੰ ਜੀਵਾ ਕੀਤਾ ਜਾਵੇ, ਮਾਰਿਆ ਜਾਵੇ, ਕਿਉਂਕਿ ਦੁੱਧ ਨਹੀਂ ਪੀਤਾ ਜਾਵੇ। ਸਤਿਗੁਰਾਂ ਨੂੰ ਜਦੋਂ ਪਤਾ ਲੱਗਾ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਉਹਨਾਂ ਵਪਾਰੀਆਂ ਦੇ ਨਾਲ ਗੱਲ ਕੀਤੀ ਸਰਕਾਰ ਦੇ ਰਾਹੀਂ, ਸਤਿਗੁਰਾਂ ਫਿਰ ਇੱਕ ਗੱਡੀ ਜਿਹਦੇ ਵਿੱਚ 8 ਗਾਵਾਂ ਸਨ ਉਹ ਵਾਪਸ ਮੰਗਾਈਆਂ, ਉੱਥੋਂ ਜਿਹੜੀਆਂ ਦੁੱਧ ਵੀ ਸਨ ਦਿੱਤੀਆਂ ਕਲਕੱਤੇ ਤੋਂ ਵਾਪਸ ਮੰਗਾਈਆਂ ਉਹਨਾਂ ਨੇ, ਕਿਉਂਕਿ ਕਲਕੱਤੇ ਤੋਂ ਫਿਰ ਬਾਹਰ ਭੇਜ ਦਿੱਤੀਆਂ ਜਾਂਦੀਆਂ ਸਨ। ਸਤਿਗੁਰਾਂ ਫਿਰ ਉਹਨਾਂ ਦੀ ਐਸੀ ਦੇਖਭਾਲ ਕੀਤੀ ਥੋੜੇ ਜਿਹੇ ਦਿਨਾਂ ਦੇ ਅੰਦਰ ਮਹੀਨਿਆਂ ਦੇ ਅੰਦਰ ਉਹ ਗਊਆਂ ਜਿਹੜੀਆਂ ਨੇ 10-10 ਸੇਰ ਦੁੱਧ ਦੇ ਲੱਗੀਆਂ, ਨਹੀਂ ਤੇ ਵਿੱਚੋਂ ਦੱਸਿਆ ਸੀ ਕਿ 17-17 ਸੇਰ ਤੱਕ ਪਤਾ ਦੁੱਧ ਹੋ ਗਿਆ ਸੀ। ਇਸ ਤਰ੍ਹਾਂ ਸਤਿਗੁਰ ਗਊ ਰੱਖਿਆ ਵੀ ਕਰਦੇ ਸਨ ਨਾਲੇ ਪਸ਼ੂ ਪਾਲਣ ਵੀ ਬੜੇ ਕਰੇ ਸਨ। ਮਹਿਮਾ ਗੁਰਪ੍ਰਤਾਪ ਦੀ ਗਈ ਦੱਸੇ ਕੀ ਜਵਾਨ ਉਹ ਬਾਹਰ ਕੋਈ
ਹਰ ਚੀਜ਼ ਦਾ ਸੁਲਤਾਨਾ ਦਾ ਸੁਲਤਾਨ, ਜਿਹੜਾ ਮਨੁੱਖ ਦਾ ਪਾਲਤੂ ਨਹੀਂ ਸੀ, ਪਸ਼ੂਆਂ ਦਾ ਵੀ ਪਾਲਤੂ ਸੀ ਉਹ। ਫਿਰ 1947 ਦਾ ਸ਼ੱਕ ਹੈ ਜਿਹੜਾ ਆਪ ਸਭ ਜਾਣਦੇ ਹੋ, ਕਈਆਂ ਦੇ ਨਾਲ ਵਾਪਰਿਆ ਵੀ ਹੋਵੇਗਾ। ਉਸ ਸਾਕੇ ਦੇ ਅੰਦਰ ਜਦੋਂ ਭਾਰਤ ਦੇ ਦੋ ਟੋਟੇ ਹੋਏ ਨੇ, ਹਿੰਦੁਸਤਾਨ ਦੀ ਵੰਡ ਕੀਤੀ ਗਈ ਹੈ, ਤੇ ਫਿਰ ਉਸ ਬਾਰੇ ਸਤਨਾਮ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ, ਕਿਉਂਕਿ 2003 ਜਾਂ 2004 ਦੇ ਹੋਲੇ ਦੇ ਸਤਿਗੁਰਾਂ ਨੇ ਐਲਾਨੀਆ ਤੌਰ ਤੇ ਉੱਥੇ ਕਹਿ ਦਿੱਤਾ ਸੀ ਵੀ ਆਪਣਾ ਬਾਲ ਬੱਚਾ ਲੈ ਕੇ ਰਾਵੀਓ ਪਾਰ ਹੋ ਜਾਓ, ਇੱਕ ਇੱਕ ਦੋ ਦੋ ਜਾਣੇ ਘਰ ਰਹੋ, ਬਾਕੀ ਸਾਰਾ ਮਾਲ ਡੰਗਰ ਪਰਿਵਾਰ ਨੂੰ ਲੈ ਕੇ ਤੇ ਰਾਵੀਓ ਪਾਰ ਹੋ ਜਾਓ। ਇੱਥੇ ਬੜੀ ਕੁੱਟਮਾਰ ਹੋਣੀ ਹੈ, ਨਹੀਂ ਲਿਆ ਜਾਣਾ ਇੱਥੇ। ਉਸੇ ਤਰ੍ਹਾਂ ਅੰਤਰ ਅੱਖਰ ਜਿਹੜਾ ਉਸੇ ਤਰ੍ਹਾਂ ਬਚਿਆ ਸਤਿਗੁਰਾਂ ਦਾ। ਅੱਜ ਸਾਨੂੰ ਕਰਤਾਰ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਜਿਆਦਾ ਉਹਨਾਂ ਨੂੰ ਅਸੀਂ ਤਾਜ਼ਾ ਕਰਨਾ ਹੈ। ਅੱਖਰ ਅੱਖਰ ਵਰਤਿਆ ਜਿਨ੍ਹਾਂ ਨੂੰ ਹੁਕਮ ਹੋਇਆ ਸੀ, ਜਿਨ੍ਹਾਂ ਨੇ ਹੁਕਮ ਮੰਨਿਆ ਉਹ ਤੇ ਬੜੇ ਸੌਖੇ ਆ ਗਏ ਨੇ, ਕਿਉਂਕਿ ਸਾਨੂੰ ਕਰਤਾਰ ਸਿੰਘ ਸੱਚੇ ਪਾਤਸ਼ਾਹ ਘਰ ਘਰ ਗਲੀ ਗਲੀ ਪਿੰਡਾਂ ਪਿੰਡਾਂ 'ਚ ਜਾ ਕੇ ਇਹ ਫਿਰ ਐਲਾਨ ਕਰ ਦਿੱਤਾ ਸੀ ਵੀ ਸਾਰੇ ਇੱਥੋਂ ਨਿਕਲ ਜਾਓ, ਜਿਹੜੇ ਮੰਨ ਕੇ ਆ ਗਏ ਨੇ ਬੜੇ ਸੌਖੇ ਆ ਗਏ ਨੇ, ਉਹ ਆਪ ਜਾਣਦੇ ਨੇ ਇਹਨਾਂ ਗੱਲਾਂ। ਇਹਨਾਂ ਕੰਮਾਂ ਵਾਸਤੇ ਸਤਿਗੁਰਾਂ ਨੂੰ ਜਗਾਉਣ ਵਾਸਤੇ ਸਿੱਖਾਂ ਨੂੰ ਸਤਿਗੁਰਾਂ ਨੇ 27,000 ਰੁਪਏ ਦਾ ਉਦੋਂ ਪੈਟਰੋਲ ਵਰਤਿਆ, ਪੂਰਾ ਹਿਸਾਬ ਜਿਹੜਾ ਇਸ ਇਤਿਹਾਸ ਦੇ ਵਿੱਚ ਲਿਖਿਆ। ਫਿਰ ਜਿਨ੍ਹਾਂ ਨੇ ਨਹੀਂ ਹੁਕਮ ਮੰਨਿਆ ਜਾਂ ਪਰਿਵਾਰਿਕ ਮਸਲਿਆਂ 'ਚ ਫਸੇ ਰਹੇ ਨੇ, ਨਹੀਂ ਆ ਸਕੇ, ਉਹ ਫਿਰ ਵਾਹਗਾ ਬਾਰਡਰ ਤੇ ਜਦੋਂ ਆਏ ਨੇ, ਸਤਿਗੁਰਾਂ ਨੇ ਫਿਰ ਉਹਨਾਂ ਵਾਸਤੇ ਲੰਗਰ ਲਾਇਆ, ਜਲ ਪਾਣੀ ਦਾ ਪ੍ਰਬੰਧ ਕੀਤਾ। ਭੁੱਖੇ ਨੰਗੇ ਛੱਡ ਘਰ ਬਾਰ ਆਏ, ਖਾਸ ਪ੍ਰਯੋਜਨ ਕੀਤਾ ਸੀ ਵੀ ਜਿਹੜੇ ਵੀ ਉੱਥੋਂ ਉਤਰ ਕੇ ਆਏ ਸਨ, ਸਤਿਗੁਰਾਂ ਨੇ ਫਿਰ ਉਹਨਾਂ ਨੂੰ ਇੱਧਰ ਸੱਸੇ ਜ਼ਿਲ੍ਹੇ ਵੱਲ ਆਣ ਕੇ ਫਿਰ ਜ਼ਮੀਨਾਂ ਅਲੱਗ ਕਰਵਾਈਆਂ, ਉਹਨਾਂ ਨੂੰ ਵਸਾਇਆ ਇੱਥੇ ਆ ਕੇ ਜੀਵਨ ਨਗਰ, ਹਰੀਪੁਰਾ, ਦਮਦਮਾ, ਸੰਤ ਨਗਰ, ਇਹ 4 ਪਿੰਡ ਜਿਹੜੇ ਸਤਿਗੁਰਾਂ ਨੇ 1 ਸਾਲ ਪਹਿਲਾਂ ਹੀ ਉਹਨਾਂ ਦੀ ਖਰੀਦਦਾਰੀ ਕਰ ਰਹੇ ਸੀ, ਲਗਭਗ 1945-46 ਵਿੱਚ ਇਹ ਜਗ੍ਹਾ ਜਿਹੜੀਆਂ ਨੇ ਸਤਿਗੁਰਾਂ ਨੇ ਰਜਿਸਟਰੀ ਕਰਾ ਲਈ ਸੀ। ਇੱਥੇ ਆਣ ਕੇ ਫਿਰ ਉਹਨਾਂ ਉਜੜਿਆ ਹੋਇਆ ਸਿੱਖਾਂ ਨੂੰ ਫਿਰ 5-5 ਮਰਬੇ, 10-10 ਮਰਬੇ ਫਿਰ ਫਰੀ ਦਿੱਤੇ ਨੇ ਸਤਿਗੁਰਾਂ ਨੇ। ਇਹ ਨਹੀਂ ਦੇਖਿਆ ਵੀ ਜਿਹੜੀ ਜਾਣਦਾ ਹੈ ਕਿਸ ਤਰ੍ਹਾਂ ਦਾ ਸਿੱਖ ਹੈ, ਨਾਮਧਾਰੀ ਹੈ, ਉਹਦੀ ਭਰਪੂਰ ਸਹਾਇਤਾ ਕੀਤੀ ਉਹਨੂੰ ਵਸਾਉਣ ਵਾਸਤੇ। ਪਿੱਛੇ ਜਿੰਨੀਆਂ ਜਗ੍ਹਾ ਛੱਡ ਕੇ ਆਏ ਸਨ ਉਹਨਾਂ ਤੋਂ ਡਬਲ ਡਬਲ ਕਈ ਗੁਣਾ ਇੱਥੇ ਉਹਨਾਂ ਨੂੰ ਫਿਰ ਜਗ੍ਹਾ ਦਿੱਤੀਆਂ ਗਈਆਂ ਸਤਿਗੁਰਾਂ ਵੱਲੋਂ। ਟੁੱਟੀਆਂ ਸਾਈਕਲਾਂ ਜਿਨ੍ਹਾਂ ਦੇ ਕੋਲ ਨਹੀਂ ਸੀ, ਜੇ ਉਹਨਾਂ
ਵਿੱਚ ਬਿਠਾ ਦਿੱਤਾ। ਲੱਖਾਂਪਤੀ ਕਰੋੜਾਂਪਤੀ ਇੱਥੇ ਬਣੇ ਨੇ ਉਹਨਾਂ ਜਗ੍ਹਾ ਦੇ ਉੱਤੇ ਜਿੱਥੇ ਕੋਈ ਜਾਗਾ ਨਹੀਂ ਸੀ, ਉਹਨਾਂ ਜਗ੍ਹਾ ਨੂੰ ਪੁੱਛਦਾ ਨਹੀਂ ਸੀ। ਜਦੋਂ ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਯਾਦ ਉਹਨਾਂ ਨੂੰ ਆਉਂਦੀ ਹੈ ਨਾ, ਤੇ ਫਿਰ ਮਨ ਭਰ ਜਾਂਦਾ ਹੈ ਕਿੰਨੀ ਕਿਰਪਾ ਕਰਕੇ ਨੇ ਸਾਡੇ ਤੇ। ਜੇ ਨਾ ਸਾਨੂੰ ਪੁੱਤਰਾਂ ਦੇ ਗੱਲ ਕਰੀ ਲੈਂਦੇ ਤੇ ਸਾਡਾ ਕੀ ਹਾਲ ਹੋਣਾ ਸੀ। ਤੇ ਯਾਦ ਕਰਕੇ ਕੀ ਕਰਦੇ ਨੇ, ਸਾਡੇ
जिन्ने मर्जी उपकार गाए तो ये सतगुरां दे मुख नहीं छड़दे नाए किता सकदे ते उपकार कीते नामधारी समाज दे नामधारी पंथ दे उत्ते मैं कहना कुल सृष्टि ते इन्ने उपकार कीते ने सतगुरां पर समा किसी का लिहाज नहीं किया जिसने अज तक पांच पुत्र शरीर जिहड़ा भी इस संसार दे विच लै के आ गया भावें वेखण नूं सतगुरु बहुत महान दस्या गया इहदे वर्गी जिहड़ी कोई शक्ति इस संसार विच नहीं हैगी ਪਰ ਪੰਜ ਪੁੱਤਰ ਸਰੀਰ ਜਿਹੜਾ ਸੀ ਲੈ ਕੇ ਆਇਆ ਉਸ ਨੂੰ ਇਸ ਮਰਿਆਦਾ ਦੇ ਵਿੱਚ ਰਹਿਣਾ ਪਿਆ ਜਿਹਦੇ ਦਰਬਾਰ ਦੇ ਵਿੱਚ ਮੁਰਦੇ ਸੰਗ ਦੇ ਵੇਖੇ ਗਏ ਨੇ ਅੱਜ ਉਹਨਾਂ ਲੀਕਾਂ ਤੇ ਚੱਲਣ ਦੇ ਨੇ ਜਿਹੜੀਆਂ ਮਰਿਆਦਾ ਬਣੀਆਂ ਹੋਈਆਂ ਸੰਸਾਰ ਦੀਆਂ ਆਕਾਰ ਮੁਰਦੀਆਂ ਸਤਿਗੁਰਾਂ ਦਾ ਅੱਜ ਅਸੀਂ ਅਖੀਰ ਦੀ ਗੱਲ ਕਰਨੀ ਹੈ ਵੀ ਉਹਨਾਂ ਦਾ ਜੀਵਨ ਅਖੀਰ ਤੇ ਕਿਸ ਤਰ੍ਹਾਂ ਬੀਤਿਆ ਹੈ ਕਿਉਂਕਿ ਪੰਜ ਭਾਦਰੋਂ ਦਾ ਮੇਲਾ ਜਿਹੜਾ ਹੈ ਉਹ ਅਖੀਰ ਜਿਹਨਾਂ ਦੀ ਯਾਦ ਬਣੀ ਹੋਈ ਹੈ ਸਾਡੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਅਖੀਰਲਾ ਸਮਾਂ ਜਿਹੜਾ ਉਹਨਾਂ ਨੇ ਜੀਵਨ ਨਗਰ ਦੇ ਵਿੱਚ ਉੱਥੋਂ ਆਪਾਂ ਸ਼ੁਰੂ ਕਰ ਲੈਂਦੇ ਹਾਂ ਉੱਥੋਂ ਗੁਜ਼ਾਰਿਆ ਇੱਥੇ ਜਦੋਂ ਵੰਡ ਕੀਤੀ ਗਈ ਹੈ ਨਾ ਇਹਨਾਂ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਗਈ ਹੈ ਦੇ ਵਿੱਚੋਂ ਸਾਡੇ ਆਪਣੇ ਜਿਹੜੇ ਬੰਦੇ ਸਨ ਆਪਣੇ ਸਤਿਗੁਰਾਂ ਦੇ ਵਰਸਾਏ ਹੋਏ ਸਿੱਖ ਹੀ ਬਗਾਵਤ ਦੇ ਆ ਗਏ ਸਨ ਉਹਨਾਂ ਸਮੇਂ ਲਾਲਚ ਹਮੇਸ਼ਾ ਮਨੁੱਖ ਨੂੰ ਮਾਰ ਦਿੰਦੀ ਹੈ ਸਤਿਗੁਰਾਂ ਦੇ ਅਗੇਂਸਟ ਉਹਨਾਂ ਨੇ ਆਵਾਜ਼ ਉੱਠਣੀ ਸ਼ੁਰੂ ਕਰ ਦਿੱਤੀ ਵਿਰੋਧੀ ਬਣ ਕੇ ਦੁੱਖ ਦਾ ਪ੍ਰਗਟਾਵਾ ਹੋ ਗਿਆ ਸੰਤ ਪ੍ਰਤਾਪ ਸਿੰਘ ਜੀ ਦੇ ਨਾਲ ਉਹ ਸਤਿਗੁਰਾਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਸਰਬਜਣ ਸਮਰੱਥ ਸਤਿਗੁਰ ਜਿਹਨਾਂ ਛੋਟੀਆਂ ਮੋਟੀਆਂ ਗੱਲਾਂ ਦੀ ਪਰਵਾਹ ਕਰ ਸਕਦਾ ਤੇ ਫਿਰ ਸੰਸਾਰ ਦਾ ਭਲਾ ਸਤਿਗੁਰਾਂ ਉਹਨਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਉਹਨਾਂ ਵਿਰੋਧੀਆਂ ਨੇ ਬਾਹਰਲਿਆਂ ਦੇ ਨਾਲ ਮਿਲ ਕੇ ਵੀ ਸਤਿਗੁਰਾਂ ਦੇ ਨਾਲ ਬੜੇ ਯਤਨ ਕੀਤੇ ਵੀ ਸਤਿਗੁਰਾਂ ਦੇ ਕੰਮਾਂ ਦੇ ਵਿੱਚ ਰੁਕਾਵਟ ਪਾਈ ਜਾਵੇ ਇਹਨਾਂ ਦੀ ਜਿਹੜੀ ਪ੍ਰਸਿੱਧੀ ਹੈ ਉਹਨੂੰ ਰੋਕਿਆ ਜਾਵੇ ਪਰ ਸਤਿਗੁਰਾਂ ਨੂੰ ਰੋਕ ਸਕਦਾ ਵਾਹ ਵਾਹ ਸਤਿਗੁਰਾਂ ਦੀ ਸਾਹਮਣੇ ਨਹੀਂ ਕਈ ਵਾਰੀ ਬਾਬਾ ਜੀ ਜਿਹੜੇ ਸੰਤ ਜਗਜੀਤ ਸਿੰਘ ਜਿਹਨਾਂ ਨੂੰ ਬੇਅੰਤ ਦੀ ਆਖਿਆ ਗਿਆ ਸੀ ਉਹਨਾਂ ਨੇ ਬੜੀ ਅਣਦੇਖੀ ਕਰ ਦਿੰਦੇ ਹੁੰਦੇ ਸਨ ਚੰਗੇ ਚੰਗੇ ਪੱਤਰ ਦੇ ਸਿੱਖ ਉੱਤੇ ਸਾਧਨਾਂ ਦੇ ਸਾਹਮਣੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬੜਾ ਹੀ ਬੁਰਾ ਲੱਗਦਾ ਸੀ ਇੱਕ ਵਾਰੀ ਉਹਨਾਂ ਨੇ ਅਕਪਤ ਬੰਦੇ ਸੱਜਣਾਂ ਨੂੰ ਉੱਥੇ ਇਕੱਠਿਆਂ ਕਰਕੇ ਤੇ ਕਹਿ ਦਿੱਤਾ ਸੀ ਬਈ ਜਿਹਨੇ ਵੱਡੇ ਕਾਕੇ ਦੀ ਗੱਲ ਮੰਨਣੀ ਹੈ ਉਹ ਇੱਥੇ ਰਹਿ ਸਕਦਾ ਬਾਕੀ ਸਾਰੇ ਜਾ ਸਕਦੇ ਸਤਿਗੁਰ ਫਿਰ ਸਤਿਗੁਰ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉੱਥੋਂ ਦੀ ਬਾਗ ਸੰਭਾਲ ਤੇ ਸੰਭਾਲ ਕੇ ਤੇ ਫਿਰ ਸ੍ਰੀ ਭੈਣੀ ਸਾਹਿਬ ਆ ਗਏ ਇੱਥੋਂ ਫਿਰ ਗਰਮੀ ਦੇ ਦਿਨ ਸਨ ਇਹਨਾਂ ਨੇ ਇੱਕ ਦਿੱਲੀ ਦਾ ਦੌਰਾ ਵੀ ਕੱਟਿਆ ਇਤਿਹਾਸ ਦੱਸਿਆ ਗਿਆ ਉਦੋਂ ਆ ਕੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਫਿਰ ਭੈਣੀ ਸਾਹਿਬ ਆਏ ਨੇ ਗਰਮੀ ਬੜੀ ਮਹਿਸੂਸ ਕਰਦੇ ਸਨ ਉਹਨਾਂ ਦਿਨਾਂ ਦੇ ਵਿੱਚ ਸੌਂ ਭਾਦਰੋਂ ਦਾ ਸਮਾਂ ਸੀ ਨਾਲੇ ਤੇ ਉੱਥੇ ਜਪ ਪ੍ਰਯੋਗ ਰੱਖਿਆ ਸੀ ਉਹਨਾਂ ਦਿਨਾਂ ਦੇ ਵਿੱਚ ਜਪ ਪ੍ਰਯੋਗ ਪਹਿਲਾਂ ਸੌਂ ਭਾਦਰੋਂ ਦੇ ਵਿੱਚ ਹੀ ਸ਼ੁਰੂ ਹੋ ਜਾਇਆ ਕਰਦਾ ਸੀ ਜਿਹੜਾ 40 ਦਿਨ ਦਾ ਹੋਇਆ ਕਰਦਾ ਸੀ ਸਤਿਗੁਰਾਂ ਨੇ ਫਿਰ ਪੱਟੀ ਦਾ ਪ੍ਰੋਗਰਾਮ ਬਣਾਇਆ ਉਸ ਸ੍ਰੀ ਭੈਣੀ ਸਾਹਿਬ ਤੋਂ ਪੱਟੀ ਚਲੇ ਗਏ ਨੇ ਕਿਉਂਕਿ ਉੱਥੋਂ ਦੀ ਆਬੋ ਹਵਾ ਜਿਹੜੀ ਬਹੁਤ ਵਧੀਆ ਸੀ ਉੱਥੇ ਜਦੋਂ ਗਏ ਨੇ ਸਾਵਣ ਦੇ ਅਖੀਰਲੇ ਦਿਨ ਸਨ ਪਰ ਸਤਿਗੁਰਾਂ ਦੀ ਸਿਹਤ ਜਿਹੜੀ ਹੈ ਬਹੁਤ ਜ਼ਿਆਦਾ ਢਿੱਲੀ ਹੋ ਗਈ ਉੱਥੇ ਜਾ ਕੇ ਇੱਧਰੋਂ ਸੰਤਾਂ ਨੂੰ ਸ੍ਰੀ ਭੈਣੀ ਸਾਹਿਬ ਦਰਸ਼ਨ ਨਾ ਹੋਣ ਜਪ ਪ੍ਰਯੋਗ ਤੇ ਹੁਕਮ ਆ ਕੇ ਸੰਤਾਂ ਨੂੰ ਅੱਗੇ ਸਨ ਭਜ ਪ੍ਰਗਤੀ ਕਰਨ ਵਾਸਤੇ
ਪਰ ਦਰਸ਼ਨ ਨਹੀਂ ਸਨ ਹੋ ਰਹੇ। ਵਾਹ, ਗੁਰਨਾਮ ਸਿੰਘ ਨਾਲ ਭਜਨ ਪਤਨੀ ਦੇ ਘਰ ਬਹਿ ਕੇ ਵੀ ਕਰ ਸਕਦੇ ਸਨ। ਜਿੰਨੀ ਦੇਰ ਸ੍ਰੀ ਭੈਣੀ ਸਾਹਿਬ ਜਾ ਕੇ ਦਰਸ਼ਨ ਨਾ ਹੋਣ ਤੇ ਮਨ ਦਾ ਫਿਰ ਟਕਾਰਾ ਨਹੀਂ ਸੀ ਹੁੰਦਾ। ਸੁੱਖ ਉਦੋਂ ਹੀ ਮੰਨਦਾ ਸੀ ਜਦੋਂ ਸਤਿਗੁਰਾਂ ਦੇ ਦਰਸ਼ਨ ਹੋਏ ਜਾਣ। ਸੋ ਸਤਿਗੁਰਾਂ ਨੇ ਬੜੀਆਂ ਚਿੱਠੀਆਂ ਭੇਜੀਆਂ ਉੱਥੇ ਮੰਡੀ 'ਚ ਵੀ ਸਤਿਗੁਰਾਂ ਦੇ ਦਰਸ਼ਨ ਹੋਣ ਇੱਥੇ ਜਾਪਰੀ ਆਉਣ ਦੇ ਵਿੱਚ ਆਣ ਕੇ ਤਾਰਾਂ ਪਈਆਂ ਗਈਆਂ। ਉਹਨਾਂ ਦੇ ਵਿੱਚ ਟੈਲੀਫੋਨ ਦਾ ਸਮਾਂ ਨਹੀਂ ਸੀ, ਚਿੱਠੀਆਂ ਦੇ ਤਾਰਾਂ ਦੇ ਨਾਲ ਹੀ ਕੰਮ ਚਲਾਇਆ ਜਾਂਦਾ ਸੀ। ਜਦੋਂ ਸਤਿਗੁਰਾਂ ਨੂੰ ਪਤਾ ਲੱਗਿਆ ਵੀ ਉੱਥੇ ਬੇਨਤੀਆਂ ਕਰ ਰਹੇ ਨੇ ਦਰਸ਼ਨਾਂ ਵਾਸਤੇ, ਤੇ ਫਿਰ ਹੁਕਮ ਕੀਤਾ ਵੀ ਚਲੋ ਨਾਲੇ ਤੇ ਸਿਹਤ ਬੜੀ ਉੱਥੇ ਖਰਾਬ ਹੋ ਗਈ। ਸਤਿਗੁਰ ਆਖਿਆ ਚਲੋ ਹੁਣ ਭੈਣੀ ਸਾਹਿਬ ਵਾਸਤੇ ਹੁਕਮ ਕਰ ਦਿਓ ਕਿ ਗੋਲ ਮੰਦਰ ਸਫਾਈ ਕਰ ਦਿਓ, ਅਸੀਂ ਆ ਰਹੇ ਹਾਂ। ਇਸੇ ਤਰ੍ਹਾਂ ਹੋਇਆ, ਗੋਲ ਮੰਦਰ ਦੀ ਸਫਾਈ ਕਰ ਦਿੱਤੀ ਗਈ ਹੈ। ਸਤਿਗੁਰ ਫਿਰ ਇੱਥੋਂ ਮੰਡੀ ਤੋਂ ਤੁਰੇ ਨੇ। ਇਹਨਾਂ ਦੇ ਨਾਲ ਸੰਤ ਮੋਹਕਮ ਸਿੰਘ ਜੀ, ਲਾਗਰੀ ਸੰਤ ਰਤਨ ਸਿੰਘ ਜੀ, ਭਾਈ ਵਜ਼ੀਰ ਸਿੰਘ ਜੀ, ਇੱਕ ਸੰਤ ਰਤਨ ਸਿੰਘ ਹੋਰਾਂ ਦੇ ਭਰਾ ਸੰਤ ਪ੍ਰੀਤਮ ਸਿੰਘ ਜੀ ਬਾਰਾ ਲਾਇਆ ਕਰਦੇ ਸਨ। ਇਹ ਚਾਰ ਸਿੰਘ ਜਿਹੜੇ ਸਤਿਗੁਰਾਂ ਦੇ ਨਾਲ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਸਨ। ਸੰਤ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਬਚਨ ਕੀਤਾ ਸੀ ਗੁਰਮੁਖ ਸਿੰਘ ਦੇ ਨਾਲ ਬਈ ਜੇ ਕਿਤੇ ਭਗਵਾਨੇ ਵੱਲੋਂ ਦਾ ਕੋਈ ਰੋਡ ਬਣੇ ਨਾ ਜਿੱਥੋਂ ਦੀ ਇਹਨਾਂ ਦੀ ਦਵਾਈ ਚੱਲਦੀ ਸਤਿਗੁਰਾਂ ਦੀ, ਉਹਨਾਂ ਪੱਧਰ ਜਿੱਥੇ ਡੇਰੇ ਕਿਤੇ ਜਿਵੇਂ ਜਾਣਾ। ਉਹ ਸਵਾਗਤ ਨਾਲ ਹੀ ਉਦੋਂ ਮੰਡੀ ਤੋਂ ਜਦੋਂ ਆਏ ਤੇ ਉੱਧਰ ਦਾ ਰੋਡ ਇਹਨਾਂ ਨੇ ਬਣਾਇਆ। ਪ੍ਰੀਤਮ ਸਿੰਘ ਜੀ ਨੇ ਅਰਜ਼ੀ ਕੀਤੀ ਬਈ ਸੱਚੇ ਪਾਤਸ਼ਾਹ ਪੰਡਿਤ ਜੀ ਦਾ ਡੇਰਾ ਆ ਗਿਆ, ਜੋ ਹੁਕਮ ਹੋਵੇ ਜ਼ਰੂਰ ਲੈ ਜਾਈਏ। ਸਤਿਗੁਰਾਂ ਆਖਿਆ ਠੀਕ ਹੈ, ਉਹਨਾਂ ਨੂੰ ਮਿਲ ਕੇ ਕਰਦੇ ਹਾਂ। ਸਤਿਗੁਰਾਂ ਦੀ ਸਿਹਤ ਇੰਨੀ ਢਿੱਲੀ ਸੀ ਬਈ ਪਿਛਲੀ ਸੀਟ ਤੇ ਲੇਟ ਕੇ ਆਏ ਨੇ ਮੰਡੀ ਤੋਂ, ਬੈਠਣ ਜੋਗੀ ਵੀ ਸਮਰਥਾ ਨਹੀਂ ਸੀ ਉਦੋਂ। ਆ ਕੇ ਜਦੋਂ ਪੰਡਿਤ ਜੀ ਦੇ ਡੇਰੇ ਉਤਰਨ ਲੱਗੇ ਨੇ ਤੇ ਉੱਤਰ ਆ ਕੇ ਗਿਆ, ਖੜਾ ਨਹੀਂ ਹੋਇਆ ਗਿਆ ਉੱਥੇ ਪੈਰਾਂ ਤੇ। ਭਾਈ ਵਜ਼ੀਰ ਸਿੰਘ ਨੂੰ ਆਖਿਆ ਵੀ ਮੰਜੀ ਦਾ ਪ੍ਰਬੰਧ ਕੀਤਾ ਜਾਵੇ। ਮੰਜੀ ਤੇ ਬਿਠਾ ਕੇ ਸਤਿਗੁਰਾਂ ਨੂੰ ਫਿਰ ਪੰਡਿਤ ਜੀ ਦੇ ਡੇਰੇ ਲੈ ਕੇ ਗਏ। ਜਦੋਂ ਪੰਡਿਤ ਜੀ ਨੇ ਦਰਸ਼ਨ ਕੀਤੇ ਨੇ ਤੇ ਫਿਰ ਮਨ ਜਿਹੜਾ ਬੜਾ ਚਲਿਤ ਹੋ ਗਿਆ ਉਹਨਾਂ ਦਾ, ਵੇਖ ਕੇ ਵੀ ਇਹ ਕੀ ਹਾਲਤ ਬਣਾ ਰੱਖੀਏ। ਸਤਿਗੁਰਾਂ ਨੂੰ ਆਖਦੇ ਸੱਚੇ ਪਾਤਸ਼ਾਹ ਇਹ ਕੀ ਹਾਲ ਬਣਾਇਆ ਤੁਸੀਂ। ਸਤਿਗੁਰਾਂ ਨੇ ਬਚਨ ਕੀਤਾ ਵੀ ਸੰਸਾਰ ਦੇ ਭਾਰ ਮਾਰੇ ਨੇ। ਵਾਹ ਵਾਹ, ਪੰਡਿਤ ਜੀ ਦੀਆਂ ਭੁੱਬਾਂ ਨਿਕਲਦੀਆਂ ਉੱਥੇ ਘੜੀ ਤੇ ਉੱਥੇ ਸੱਚੇ ਪਾਤਸ਼ਾਹ ਦਰਸ਼ਨ ਦਿੰਦੇ ਨੇ ਤੇ ਫਿਰ ਸਤਿਗੁਰਾਂ ਹੁਕਮ ਕੀਤਾ ਵੀ ਚਲੋ ਹੁਣ ਚੱਲੀਏ। ਤੁਰਨ ਲੱਗੇ ਨੇ ਤੇ ਫਿਰ ਪੰਡਿਤ ਜੀ ਆਣ ਕੇ ਅੱਗੇ ਖਲੋਗੇ ਤੇ ਫਿਰ ਉਹੀ ਬਚਨ ਕੀਤਾ ਸੱਚੇ ਪਾਤਸ਼ਾਹ ਇਹ ਕੀ ਹਾਲ ਕੀਤਾ ਤੁਸੀਂ। ਸਤਿਗੁਰਾਂ ਫਿਰ ਉਹ ਬਚਨ ਕੀਤਾ ਵੀ ਸੰਸਾਰ ਦੇ ਭਾਰ ਮਾਰੇ ਨੇ। ਪੰਡਿਤ ਜੀ ਫਿਰ ਭੁੱਬਾਂ ਮਾਰ ਮਾਰ ਕੇ ਉੱਤੇ ਹੋਏ ਨੇ, ਉੱਤੇ ਖਲੋਗੇ ਉੱਤੇ ਰਹਿ ਗਏ ਨੇ। ਸਤਿਗੁਰਾਂ ਆਖਿਆ ਬੜਾ ਆਪਣੇ ਗੱਡੀ ਚ ਚਲੋ ਹੁਣ ਚੱਲੀ ਹੋ। ਸਤਿਗੁਰ ਸ਼ਾਮ ਤੱਕ ਫਿਰ ਸ੍ਰੀ ਭੈਣੀ ਸਾਹਿਬ ਗੋਲ ਮੰਦਰ ਆ ਗਏ ਨੇ। ਇੱਥੇ ਵੀ ਸੰਗਤਾਂ ਬੜੀਆਂ ਨਿਕਲਦੀਆਂ। ਹੁਕਮ ਹੋ ਗਿਆ ਵੀ ਦਰਸ਼ਨ ਨਹੀਂ ਹੋਣੇ ਇਸ ਵੇਲੇ, ਸਤਿਗੁਰਾਂ ਦੀ ਸਿਹਤ ਬਹੁਤ ਢਿੱਲੀ ਹੈ। ਸਵੇਰੇ ਜੇ ਹੁਕਮ ਹੋਏ ਜਾਂਦੇ ਦਰਸ਼ਨ ਹੋਣਗੇ, ਸੰਗਤਾਂ ਨੂੰ ਪਤਾ ਲੱਗਿਆ ਵੀ ਸਿਹਤ ਬਹੁਤ ਢਿੱਲੀ ਹੈ। ਸੰਗਤਾਂ ਜਿੱਥੇ ਜਿੱਥੇ ਵੀ ਪਤਾ ਲੱਗਿਆ ਉੱਥੇ ਉੱਥੋਂ ਭੱਜੀਆਂ ਨੇ ਫਿਰ ਦਰਸ਼ਨ ਕਰਨ ਵਾਸਤੇ, ਪਰ ਇੱਥੇ ਆਣ ਕੇ ਦਰਸ਼ਨ। ਪਤਨੀ ਸਾਵਣ ਨੂੰ ਸੱਚੇ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਆ ਗਏ ਨੇ। ਚਾਰ ਪੰਜ ਦਿਨ ਜਿਹੜੇ ਇੱਥੇ ਰਹੇ ਨੇ, ਉਹ ਹਾਲਤ ਜਿਹੜੀ ਹੈ ਬਹੁਤ ਇਹਨਾਂ ਦੀ ਨਾਜ਼ੁਕ ਰਹੀ ਹੈ। ਇੱਥੋਂ ਤੱਕ ਦੱਸਿਆ ਗਿਆ ਵੀ ਆਪਣੀ ਦਿਨਚਰਿਆ ਵੀ ਉਹ ਆਪਣੇ ਆਪ ਨਹੀਂ ਸੀ ਕਰ ਸਕਦਾ, ਇੰਨਾ ਸਰੀਰ ਮਾੜਾ ਹੋ ਗਿਆ ਸਤਿਗੁਰਾਂ ਦਾ। ਉਹਨਾਂ ਸਮਿਆਂ ਦਾ ਹਾਲ ਸਾਡੇ ਪੰਥ ਦੇ ਜਿਹੜੇ ਮਹਾਨ ਲੇਖਕ ਹੋਏ ਨੇ ਉਹਨਾਂ ਨੇ ਲਿਖਿਆ, ਉਹ ਕਿਸ ਤਰ੍ਹਾਂ ਵਰਣਨ ਕਰਦੇ ਨੇ। ਮਾਤਾ ਜੀ ਨੂੰ ਤੋਂ ਮੁਖਾਬ ਕਰਦਿਆਂ ਹੋਇਆ ਕਵੀ ਲਿਖਦਾ ਹੈ, ਜੀਵਨ ਕੋਰ ਜਗਤ ਮਾਤਾ ਮੇਰੀ ਨੂੰ ਹਰਾ, ਮਨ ਕੋਰ ਦੀਆਂ ਅੱਖਾਂ ਦੇ ਨੂਰ।
ਪਰ ਮੈਂ ਤੇ ਅੱਜ ਅੱਗੇ ਵੇਖਣ ਦਿਆਂ ਸਭ ਸਰਕਾਰ ਸਿੰਘ ਸੱਜੇ ਪਾਤਸ਼ਾਹ ਦੇ ਪੈਰਾਂ ਦੇ ਇਹ ਤੇ ਲੋਕੀ ਨਾ ਮਾਰਾਂਗੇ ਇਹਦਾ ਅਸੀਂ ਕੀ ਇਲਾਜ ਕਰ ਸਕਦੇ ਹਾਂ ਇਹ ਤੇ ਆਪਣਾ ਭਾਣਾ ਆਪ ਵਰਤਾਇਆ ਜੋ ਆਪ ਕਰ ਸਕਦਾ ਉਹ ਕਰ ਰਿਹਾ ਮਹਾਰਾਜ ਜੀ ਨੂੰ ਆਖਿਆ ਗਿਆ ਵੀ ਇਹਦਾ ਇਲਾਜ ਅਸੀਂ ਕਰਨਾ ਇਹਨਾਂ ਨੂੰ ਤਾਂ ਰੋਗ ਹੀ ਨਹੀਂ ਹੈ ਮਹਾਰਾਜ ਜੀ ਨੇ ਆਖਿਆ ਵੀ ਹੁਣ ਤੁਹਾਨੂੰ ਸੱਦਿਆ ਕੁਛ ਨਾ ਕੁਛ ਇਹਨਾਂ ਨੂੰ ਕੋਈ ਐਸਾ ਯਤਨ ਕਰੋ ਵੀ ਸਾਡੇ ਨਾਲ ਭਜਨ ਕੀਤਾ ਜਾਵੇ ਮਹਾਰਾਜ ਜੀ ਆਖਿਆ ਵੀ ਕਮ ਸੇ ਕਮ ਇਹਨਾਂ ਨੂੰ ਤਾਕਤ ਦਾ ਟੀਕਾ ਇਹ ਲਾ ਦਿਓ ਤਾਂ ਕਿ ਉੱਠ ਕੇ ਭਜਨ ਕੇ ਸਾਡੇ ਨਾਲ ਕਰ ਲਿਆ ਸਤਿਨਾਮ ਫਿਰ ਮਹਾਰਾਜ ਜੀ ਦੇ ਕਹਿਣ ਤੇ ਫਿਰ ਉਹਨਾਂ ਨੇ ਇੱਕ ਇੰਜੈਕਸ਼ਨ ਲਗਾਇਆ ਤਾਕਤ ਦਾ ਚੂਲੇ ਦੇ ਉੱਤੇ ਲਾਇਆ ਜਦੋਂ ਇੰਜੈਕਸ਼ਨ ਲੱਗਿਆ ਤੇ ਸਤਿਨਾਮ ਫਿਰ ਹੋਕਾ ਦੇ ਕੇ ਬਾਤ ਜੀ ਕਰਕੇ ਆਖਿਆ ਬਸ ਭਾਈ ਹੁਣ ਨਾ ਮੈਨੂੰ ਕੁਝ ਆਖਿਓ ਮੈਂ ਜਿਸ ਤਰ੍ਹਾਂ ਦਾ ਵੀ ਹਾਂ ਮੈਨੂੰ ਹੁਣ ਤੂੰ ਆਪਣੇ ਆਪ ਦੇ ਪਤਾ ਲੱਗ ਗਿਆ ਵੀ ਉਧਾਰ ਨਹੀਂ ਹੋ ਗਿਆ ਸਿਰ ਦੇ ਵਿੱਚ ਚਿੰਤਾ ਦਾ ਕਾਰਨ ਬਣ ਗਿਆ ਸਾਰੇ ਵਾਸਤੇ ਮਾਤਾ ਮਾਤਾ ਜਿਹੜੇ ਚੰਦ ਕੌਰ ਜੀ ਸਨ ਉਹ ਜਗਾੜ ਦੇ ਨਾਲ ਲੱਗ ਕੇ ਖੜੇ ਹੋਏ ਨੇ ਬੇਬੇ ਦਲੀਪ ਕੌਰ ਜੀ ਨਾਲ ਉਹਨਾਂ ਦੇ ਇੱਕ ਬਾਬੇ ਦੇ ਨਾਲ ਸੰਤ ਜਗੀਰ ਸਿੰਘ ਬੈਠੇ ਨੇ ਦੂਸਰੇ ਬਾਬੇ ਦੇ ਮਹਾਰਾਜ ਵੀਰ ਸਿੰਘ ਜੀ ਸਮਾਂ ਜਿਹੜਾ ਸਾਨੂੰ ਪਤਾ ਲੱਗ ਗਿਆ ਵੀ ਹੱਥੋਂ ਨਿਕਲ ਗਿਆ ਸਤਿਗੁਰਾਂ ਦੀਆਂ ਯਾਦਾਂ ਹੁਣ ਬਣਦੀਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਸਮਾਂ ਹੱਥ ਦੇ ਵਿੱਚ ਨਹੀਂ ਆ ਰਿਹਾ ਦਿਲ ਮਵਾਜਣਾ ਪਿਆਰੀ ਤਸਵੀਰ Thank you.
ਸਾਹ ਪੈ ਗਈਆਂ ਨੇ ਕਿਉਂਕਿ ਪਤਾ ਲੱਗਦਾ ਜਾ ਕੇ ਕਿ ਸਤਨਾਮ ਦੀ ਹਾਲਤ ਜਿਹੜੀ ਹੈ ਬਹੁਤ ਬਿਗੜਦੀ ਜਾ ਰਹੀ ਹੈ। ਜਿੱਥੇ ਜਿੱਥੇ ਵੀ ਜਿਸ ਨੂੰ ਪਤਾ ਲੱਗਾ ਜੇ ਵਰਗੀਆਂ ਚੱਲ ਰਹੀਆਂ ਨੇ ਤੇ ਵਰਗੀਆਂ ਰੁਕ ਗਈਆਂ, ਜਿੱਥੇ ਨਾਮ ਸਿਮਰਨ ਚੱਲ ਰਿਹਾ ਤੇ ਉਹ ਰੁਕ ਗਿਆ, ਜੇ ਕੋਈ ਕਿਤੇ ਬਾਹਰ ਮਾਰਿਆ ਤੇ ਉਹ ਉੱਥੇ ਹੀ ਆਪਣੇ ਆਪ ਵਿੱਚ ਕਰਤਾਵ ਕਰਦਾ ਉੱਥੇ ਬਹਿ ਗਿਆ। ਐਸਾ ਗਮਗੀਨ ਮਾਹੌਲ ਉਦੋਂ ਬਣਿਆ ਉਹ ਧਰਤੀ ਨੇ ਲਾਟਾਂ ਛੱਡ ਦਿੱਤੀਆਂ।
ਵਾਹ ਸਤਿਗੁਰ ਪ੍ਰਕਾਸ਼ ਹੈ ਕੀ ਪਾਤਸ਼ਾਹ ਸਾਰੇ ਕਿਸੇ ਤਰ੍ਹਾਂ ਸਤਿਗੁਰਾਂ ਦੇ ਨਾਲ ਬਚਨ ਹੋ ਜਾਵੇ ਪਰ ਨਹੀਂ ਹੁਣ ਜਿਹੜੀ ਹੈ ਉਹ ਆਪਣਾ ਮਰਨ ਪਾ ਕੇ ਛੱਡਿਆ ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਸਤਿਗੁਰਾਂ ਨੂੰ ਜਦੋਂ ਜਦੋਂ ਪਤਾ ਲੱਗਾ ਕੋਈ ਬਰਮਾ ਤੋਂ ਆਉਣ ਡਿਆ ਕੋਈ ਸਿਆਮ ਤੋਂ ਆਉਣ ਡਿਆ ਕੋਈ ਅਫਰੀਕਾ ਤੋਂ ਆਉਣ ਡਿਆ ਲੋਕੀ 20,000 ਖਰਚ ਕਰਕੇ ਜਿਹੜੇ ਸ੍ਰੀ ਭੈਣੀ ਸਾਹਿਬ ਜੀ ਦਾ ਦਰਸ਼ਨ ਕਰਨ ਆਉਂਦੇ ਸਨ ਅੱਜ ਉਹ ਭੈਣੀ ਸਾਹਿਬ ਜਿਹੜਾ ਡਰਾਵਣਾ ਬਣਿਆ ਗਿਆ ਕਿਉਂਕਿ ਹਰ ਪਾਸੋਂ ਗੁਰਲਾਟਾਂ ਤੇ ਚਿੰਗਾੜਾਂ ਦੀ ਆਵਾਜ਼ ਆਉਂਦੀ ਹੈ ਦਰਸ਼ਨ ਹੋ ਜਾਵੇ ਕਿਸੇ ਤਰ੍ਹਾਂ ਬੜੀ ਖਸਤਾ ਹਾਲਤ ਕੱਢੇ ਗਏ ਉਹ ਕਵੀ ਲਿਖਦਾ ਜੁੜਿਆ ਪਾਦੋ ਦਾ ਮਹੀਨਾ ਮੇਰਾ ਕੜਕਣ ਲੱਗਾ ਸੀ
Thank you.
Come on!
ਯਾਦ ਵਿੱਚ ਉਹਨਾਂ ਦੇ ਵਿਛੋੜੇ ਇੰਨਾ ਕੁਝ ਕਹਿੰਦਾ ਹੋਇਆ ਅਰਦਾਸ ਕਰੀ ਕਿ ਉਹਨਾਂ ਦਾ ਜਾ ਕੇ ਸਤਿ ਸ੍ਰੀ ਅਕਾਲ। ਦੁਨੀਆ ਦੇ ਮਾਲਕ ਨੂੰ ਗਊਆਂ ਦੇ ਪਾਲਕ ਨੂੰ